ਕਮੈਂਟ ਆਇਆ ਸੀਗਾ 100 ਕਰੋੜ ਰੁਪਏ ਵਾਲਾ ਸ਼ਾਇਦ ਜੀ ਉਹ ਸਰ ਗੱਲ ਇਹ ਆ ਕਿ ਡਿੰਪੀ ਢਿੱਲੋਂ ਨੇ ਇੱਕ ਜਿਹੜਾ ਬਿਆਨ ਦਿੱਤਾ ਮੇਰੇ ਖਿਆਲ ਦੇ ਨਾਲ ਉਹ ਵੀ ਫੁਕਰੀ ਮਾਰੀ ਆ ਢਿੱਲੋਂ ਸਾਹਿਬ ਨੇ ਪਰ ਕਈ ਵਾਰ ਕੀ ਹੁੰਦਾ ਕਿ ਇਸ ਤਰ੍ਹਾਂ ਗੱਲ ਕੀਤੀ ਜਿਹੜੀ ਹੈ ਨਾ ਉਹ ਦੂਰ ਤੱਕ ਚਲੇ ਜਾਂਦੀ ਆ ਹੁਣ ਡਿੰਪੀ ਢਿੱਲੋਂ ਉਸ ਵੀਡੀਓ 'ਚ ਕਹਿ ਰਹੇ ਸੀਗੇ ਕਿ ਵੀ ਢੋਸ ਸਾਹਿਬ ਆਏ ਆ ਅਰੋੜਾ ਜੀ ਆਏ ਆ ਇਹ ਤਾਂ ਗੱਡੀ ਦੀ ਡਿੱਗੀ 'ਚ 100 ਕਰੋੜ ਰੁਪਈਆ ਰੱਖੀ ਫਿਰਦੇ ਸੀਗੇ ਕਹਿੰਦੇ ਵੀ ਵਰਤ ਜਿੱਥੇ ਜੀ ਕਰਦੇ ਹਾਣੀਆਂ ਤੂੰ ਕਰ ਲੈ ਪਿਆਰ ਜਿੰਨਾ ਤੇਰਾ ਜੀ ਕਰਦਾ ਤੇ ਮਾਨ ਸਾਹਿਬ ਨੇ ਆ ਕੇ ਭਿਜਵਾਇਆ ਅਰੇ ਸਾਹਿਬ 100 ਕਰੋੜ ਰੁਪਈਆ ਇੱਕ 100 ਕਰੋੜ ਵਿੱਚ ਤਾਂ ਟਿਕਦਾ ਵੀ ਨਹੀਂ ਹੈ ਢਿੱਲੋਂ ਸਾਹਿਬ ਤੁਸੀਂ ਕੀ ਕਹਿ ਰਹੇ ਹੋ ਫਸ ਜਾਓਗੇ ਤੁਸੀਂ ਨਾਲ ਦੂਜੇ ਵੀ ਡੋਬੋਗੇ ਤੁਸੀਂ ਬਿਲਕੁਲ 100 ਕਰੋੜ ਕਿਉਂਕਿ ਤੁਸੀਂ ਨਾ ਤਾਂ ਕੋਈ ਮੰਤਰੀ ਹੋ ਨਾ ਤੁਹਾਡੇ ਕੋਲ ਕੋਈ ਅਹੁਦਾ ਅਹੁਦਾ ਬਿਲਕੁਲ ਉਹ 100 ਕਰੋੜ ਰੁਪਈਆ ਕਿੱਥੋਂ ਆ ਰਿਹਾ ਸਾਹਿਬ ਉਹ ਤਾਂ ਹਿਸਾਬ ਮੰਗ ਲੈਣਾ ਹਿਸਾਬ ਦੇਣਾ ਔਖਾ ਹੋ ਜਾਣਾ ਹਿਸਾਬ ਲੈਣ ਵਾਲੇ ਤਾਂ ਇੱਥੇ ਫਿਰਦੇ ਹੀ ਆ ਅਬਜ਼ਰਵਰ ਹੈਗੇ ਆ ਜੇ ਕਿਸੇ ਨੇ ਉੱਥੇ ਸ਼ਿਕਾਇਤ ਈਡੀ ਊਡੀ ਨੂੰ ਪਾ ਦਿੱਤੀ ਤੇ ਉਹ ਕੰਮ ਖਰਾਬ ਹੋ ਜਾਊਗਾ ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਉਹ 100 ਕਰੋੜ ਰੁਪਈਏ ਵਾਲਾ ਜਿਹੜਾ ਇਹਨਾਂ ਦਾ ਬਿਆਨ ਆ ਮੈਨੂੰ ਨਹੀਂ ਲੱਗਦਾ ਕਿ ਉਹ ਸਿਆਣਪ ਵਾਲਾ ਸਿਆਣਪ ਵਾਲਾ ਪਹਿਲੀ ਗੱਲ 100 ਕਰੋੜ ਰੁਪਈਆ ਲੱਗਦਾ ਹੀ ਨਹੀਂ ਸੰਭਵ ਲੱਗਦਾ ਹੀ ਨਹੀਂ ਆ ਬਿਲਕੁਲ ਮਾਨ ਸਾਹਿਬ ਤੇ ਆਪ ਮਤਲਬ ਕਿ ਤਨਖਾਹਾਂ ਨੂੰ ਇੱਥੇ ਤਰਸਾਈ ਜਾਂਦੇ ਮੁਲਾਜ਼ਮਾਂ ਨੂੰ ਕਿ ਵੇਲੇ ਨਾਲ ਤਨਖਾਹ ਮਿਲ ਜਾਵੇ ਇਹ 100 ਕਰੋੜ ਰੁਪਈਆ ਕੀ ਇਹਦਾ ਮਤਲਬ ਕਿ 2 ਨੰਬਰ 'ਚ ਰੱਖੀ ਫਿਰਦੇ ਤਾਂ ਉਹ ਬਿਆਨ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਬਿਆਨ ਹੈ ਕਿ ਸ਼ਾਇਦ ਹਾਸੇ ਮਜ਼ਾਕ 'ਚ ਜਾਂ ਲੋਕਾਂ ਨੂੰ ਕਿਤੇ ਸਮਝਾਉਣ ਦਾ ਯਤਨ ਕੀਤਾ ਕਈ ਵਾਰੀ ਆਪਾਂ ਹੌਸਲੇ ਨਾ ਕਹਿੰਦੇ ਵੀ ਚੱਕ ਮਾਮਲਾ ਪੁੱਠਾ ਪੈਣ ਵਾਲਾ ਹੁੰਦਾ ਇਸ ਤਰ੍ਹਾਂ ਦਾ 100 ਕਰੋੜ ਰੁਪਈਆ ਨਗਦ ਕਿਉਂਕਿ ਜੇ ਕੋਈ ਗ੍ਰਾਂਟ ਵਗੈਰਾ ਵਾਸਤੇ ਵੀ ਪੈਸਾ ਆਉਂਦਾ ਨਾ ਸਭ ਕੈਸ਼ ਥੋੜ੍ਹੀ ਆਉਂਦਾ ਉਹ ਨਹੀਂ ਏਦਾਂ ਗ੍ਰਾਂਟਾ ਉਹ ਲੋਕ ਅਫਸਰ ਡਿੱਗੀ ਚ ਰੱਖੀ ਫਿਰਦੇ ਦੱਸੋ ਕਮਾਲ ਦੀ ਗੱਲ ਹੈ ਇਹ ਚਾਰੇ ਚੱਕ ਜਗੀਰ ਇਹਨਾਂ ਦੀ ਆਪਦੀ ਹੈ ਦੱਸੋ ਜੀ 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 ਜੀ